ਤੁਹਾਡਾ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਇਸ ਵੀਡੀਓ ਦੇ ਵਿੱਚ ਅੱਜ ਅਸੀਂ 9ਵੀਂ ਜਮਾਤ ਦੀ ਜੋ ਪੰਜਾਬੀ ਦੀ ਪੁਸਤਕ ਹੈ ਬਣ ਗਈ ਇਸ ਦੇ ਵਿੱਚੋਂ ਅੱਜ ਅਸੀਂ ਛੇਵੀਂ ਕਹਾਣੀ ਬੱਸ ਕੰਡਕਟਰ ਇਹ ਜੋ ਕਹਾਣੀ ਹੈ ਬੱਸ ਕੰਡਕਟਰ ਇਸ ਕਹਾਣੀ ਦਾ ਪਹਿਲਾਂ ਤਾਂ ਅਸੀਂ ਸਾਰ ਕਰਾਂਗੇ ਪਹਿਲਾਂ ਅਸੀਂ ਸਾਰ ਤੇ ਉਸ ਤੋਂ ਬਾਅਦ ਇਸ ਦੇ ਨਾਲ ਸੰਬੰਧਿਤ ਜੋ ਵੀ ਪ੍ਰਸ਼ਨ ਉੱਤਰ ਬਣਦੇ ਸੀ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਹਾਂਜੀ ਸ਼ੁਰੂ ਕਰਦੇ ਹਾਂ ਜੋ ਕਹਾਣੀ ਹੈ ਜੀ ਬੱਸ ਕੰਡਕਟਰ ਇਸ ਦੇ ਜੋ ਕਹਾਣੀਕਾਰ ਨੇ ਉਹਨਾਂ ਦਾ ਨਾਮ ਹੈ ਜੀ ਦਲੀਪ ਕੌਰ ਟਿਵਾਨਾ ਤਾਂ ਇਹ ਜੋ ਲੇਖਕਾ ਹੈ ਇਸ ਨੇ ਇਹ ਕਹਾਣੀ ਲਿਖੀ ਹੈ ਪਹਿਲਾਂ ਅਸੀਂ ਇਸ ਦਾ ਸਾਰ ਸਮਝਦੇ ਹਾਂ ਜਦੋਂ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਤੀ ਹੋ ਗਈ ਸੀ ਤਾਂ ਉਹ ਰੋਜ਼ ਬੱਸ ਰਾਹੀਂ ਨਾਬੇ ਤੋਂ ਪਟਿਆਲੇ ਜਾਂਦੀ ਸੀ ਬੱਸ ਵਿੱਚ ਭੀੜ ਗਰਮੀ ਕੰਡਕਟਰਾਂ ਦੀਆਂ ਅਜੀਬ ਹਰਕਤਾਂ ਤੇ ਬੋਲਾਂ ਕਾਰਨ ਉਸ ਦਾ ਮਨ ਬਹੁਤ ਕਾਲਾ ਪੈ ਜਾਂਦਾ ਸੀ ਇੱਕ ਜੀਤ ਨਾਂ ਦਾ ਕੰਡਕਟਰ ਬਹੁਤ ਸਾਊ ਸੁਭਾਅ ਵਾਲਾ ਸੀ ਪਾਲੀ ਨੂੰ ਉਸਤਾ ਹਮਦਰਦੀ ਭਰਪੂਰ ਵਰਤਾਜ ਚੰ ਪਸੰਦ ਸੀ ਪਰ ਉਸਦੀ ਹੱਦ ਤੋਂ ਜ਼ਿਆਦਾ ਹਮਦਰਦੀ ਪਾਲੀ ਨੂੰ ਪਰੇਸ਼ਾਨ ਕਰਨ ਲੱਗੀ ਜੀਤ ਇੱਕ ਬੁੱਢੀ ਨੂੰ ਖੁੱਲੇ ਪੈਸੇ ਨਾ ਹੋਣ ਕਰਕੇ ਉਸ ਨੂੰ ਥੱਲੇ ਉਤਰ ਕੇ ਨੋਟ ਪੜਾ ਕੇ ਲਿਆਉਣ ਲਈ ਕਹਿੰਦਾ ਹੈ ਪਰ ਪਾਲੀ ਕੋਲ ਟਿਕਟ ਲਈ ਖੁੱਲੇ ਪੈਸੇ ਨਾ ਹੋਣ ਤੇ ਉਸ ਨੇ ਉਸ ਨੂੰ ਅਗਲੇ ਦਿਨ ਪੈਸੇ ਦੇਣ ਲਈ ਕਹਿ ਦਿੱਤਾ ਇਸ ਤੋਂ ਬਾਅਦ ਪਟਿਆਲੇ ਦੀ ਚੁੰਗੀ ਲੰਗਨ ਮੰਗਰੋਂ ਜੀਤ ਨੇ ਬੱਸ ਦੇ ਡਰਾਈਵਰ ਨੂੰ ਕਹਿ ਕੇ ਬੱਸ ਰਾਮਲੀਲਾ ਵੱਲ ਮੋੜਵਾ ਲਈ ਜਿਸ ਕਾਰਨ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸਵਾਰੀਆਂ ਨੇ ਗੁੱਸਾ ਦਿਖਾਇਆ ਉਸ ਨੇ ਸਿਨਮੇ ਕੋਲ ਬੱਸ ਰੁਕਵਾ ਕੇ ਪਾਲੀ ਨੂੰ ਉੱਥੋਂ ਹਸਪਤਾਲ ਨੇੜੇ ਹੋਣ ਬਾਰੇ ਦੱਸ ਕੇ ਉੱਤਰ ਜਾਣ ਲਈ ਕਿਹਾ ਇੱਕ ਦਿਨ ਬੱਸ ਭਰੀ ਹੋਈ ਸੀ ਜੀਤ ਵਾਧੂ ਸਵਾਰੀਆਂ ਨੂੰ ਢੇਠਾ ਉਤਾਰ ਰਿਹਾ ਸੀ ਉਹ ਬਾਕੀ ਸਵਾਰੀਆਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਨਾ ਚੜੋ ਭੀੜ ਜ਼ਿਆਦਾ ਹੈ ਪਰ ਉਸਨੇ ਪਾਲੀ ਲਈ ਸੀਟ ਰੱਖੀ ਹੋਈ ਸੀ ਇੱਕ ਦਿਨ ਪਾਲੀ ਕਿਸੇ ਹੋਰ ਬੱਸ ਵਿੱਚ ਜਾਣ ਲਈ ਜਾਣਬੁੱਝ ਕੇ ਥੋੜਾ ਦੇਰ ਨਾਲ ਆਈ ਪਰ ਜੀਤ ਨੇ ਉਸ ਲਈ ਬੱਸ ਵੀ ਰੋਕੀ ਹੋਈ ਸੀ ਤੇ ਸੀਟ ਵੀ ਰੱਖੀ ਹੋਈ ਸੀ ਪਾਲੀ ਦੀ ਬਦਲੀ ਵਿੱਚ ਦੇਰੀ ਹੋ ਰਹੀ ਸੀ ਉਹ ਵਸ ਦੇ ਸਫਰ ਤੋਂ ਤੰਗ ਆ ਗਈ ਸੀ ਤਾਂ ਦੇਖੋ ਜੋ ਕੰਡਕਟਰ ਸੀ ਉਹ ਕੰਡਕਟਰ ਜੀਤਨਾ ਦਾ ਜੋ ਕੰਡਕਟਰ ਸੀ ਉਹ ਸਮਝ ਰਿਹਾ ਸੀ ਉਸ ਦਾ ਮਤਲਬ ਧਿਆਨ ਰੱਖਦਾ ਹਨ ਵੀ ਉਹਦੇ ਲਈ ਸੀਟ ਰੱਖਦਾ ਜੇ ਇੱਕ ਦਿਨ ਉਹ ਲੇਟ ਹੋ ਗਈ ਸੀ ਤਾਂ ਉਹਨੇ ਵਾਸ ਰੁਕਾ ਕੇ ਰੱਖੀ ਤਾਂ ਜੋ ਪਾਲੀ ਸੀ ਤਾਂ ਪਾਲੀ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹ ਇਦਾਂ ਕਿਉਂ ਕਰ ਰਿਹਾ ਹੈ ਕਿ ਇਦਾਂ ਉਹ ਕਿਉਂ ਕਰ ਰਿਹਾ ਹੈ ਵੀ ਉਹ ਮੇਰੇ ਲਈ ਮੈਨੂੰ ਸਪੈਸ਼ਲ ਕਿਉਂ ਸਮਝ ਰਿਹਾ ਹੈ ਵੀ ਬਾਕੀ ਸਵਾਰੀਆਂ ਦੀ ਤਰ੍ਹਾਂ ਹੀ ਮੈਨੂੰ ਕਿਉਂ ਨਹੀਂ ਟ੍ਰੀਟ ਕਰ ਰਿਹਾ ਤਾਂ ਦੇਖੋ ਜਿਸ ਤੋਂ ਬਾਅਦ ਕੀ ਬਣੂਗਾ ਇੰਟਰਸਟਿੰਗ ਸਟੋਰੀ ਹੈ ਵਧੀਆ ਸੁਣੀਓ ਪੂਰੀ ਨੂੰ ਇਸ ਤੋਂ ਬਾਅਦ ਪਾਲੀ ਤੋਂ ਜੀਤਨੇ ਕਰਾਇਆ ਲੈਣਾ ਵੀ ਬੰਦ ਕਰ ਦਿੱਤਾ ਸੀ ਪਾਲੀ ਪ੍ਰਤੀ ਜੀਤ ਦੇ ਹਮਦਰਦੀ ਭਰੀ ਵਤੀਰੇ ਨੂੰ ਲੋਕ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਦੇ ਸਨ ਲੋਕ ਸੋਚਦੇ ਸੀ ਵੀ ਇਦਾਂ ਕਿਉਂ ਕਰਦਾ ਹੈ ਜਿਸ ਕਾਰਨ ਪਾਲੀ ਨੂੰ ਜੀਤ ਪ੍ਰਤੀ ਮਨ ਹੀ ਮਨ ਗੁੱਸਾ ਵੀ ਆਉਂਦਾ ਪਰ ਉਹ ਉਸ ਨਾਲ ਝਗੜਾ ਕਰਨਾ ਠੀਕ ਨਾ ਸਮਝਦੀ। ਇੱਕ ਦਿਨ ਰਸਤੇ ਵਿੱਚ ਚੈੱਕ ਕਰ ਵੱਸ ਵਿੱਚ ਚੜ ਆਇਆ। ਪਾਲੀ ਉਸ ਨੂੰ ਦੇਖ ਕੇ ਘਬਰਾ ਗਈ ਕਿਉਂਕਿ ਉਸ ਦਿਨ ਵੀ ਜੀਤ ਨੇ ਨਾ ਉਸ ਤੋਂ ਪੈਸੇ ਲਏ ਅਤੇ ਨਾ ਹੀ ਟਿਕਟ ਦਿੱਤੀ ਸੀ। ਪ੍ਰੰਤੂ ਪਾਲੀ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਜੀਤ ਨੇ ਪਾਲੀ ਦੀ ਟਿਕਟ ਆਪਣੀ ਜੇਬ ਵਿੱਚੋਂ ਕੱਢ ਕੇ ਦਿਖਾਉਂਦਿਆਂ ਕਿਹਾ ਕਿ ਇਹ ਉਸ ਦੀ ਭੈਣ ਹੈ। ਪਾਲੀ ਹੈਰਾਨ ਸੀ ਕਿ 60 ਰੁਪਏ ਦੀ ਤਨਖਾਹ ਲੈਣ ਵਾਲਾ ਕੰਡਕਟਰ ਮੇਰੀ ਟਿਕਟ ਦੇ ਪੈਸੇ ਕਿਵੇਂ ਪੂਰੇ ਕਰਦਾ ਹੋਏਗਾ ਕਿੱਥੋਂ ਭਰਦਾ ਹੋਵੇਗਾ ਹਸਪਤਾਲ ਵਿੱਚ ਉਹ ਇਹ ਸੋਚ ਕੇ ਬੇਚੈਨ ਹੁੰਦੀ ਰਹੀ ਸ਼ਾਮ ਨੂੰ ਜਦੋਂ ਉਹ ਬੱਸ ਅੱਡੇ ਤੇ ਪਹੁੰਚੀ ਤਾਂ ਜੀਤ ਨੇ ਉਸ ਨੂੰ ਦੱਸਿਆ ਕਿ ਉਸਦੀ ਭੈਣ ਅਮਰਜੀਤ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ ਪਰ ਉਹ ਹੱਲਿਆਂ ਵੇਲੇ ਮਤਲਬ ਜਦੋਂ ਬੰਡ ਹੋਈ ਤਾਂ 1947 ਦੇ ਲਗਭਗ ਤਾਂ ਹੱਲਿਆਂ ਵੇਲੇ ਟੱਬਰ ਸਮੇਤ ਮਰ ਗਈ ਉਹ ਰੋਲਦਾ ਫੁਲਦਾ ਇੱਥੇ ਪਹੁੰਚ ਕੇ ਕੰਡਕਟਰ ਲੱਗ ਗਿਆ ਤੇ ਉਸ ਨੂੰ ਉਸਦੇ ਹੱਥ ਵਿੱਚ ਬੈਗ ਤੇ ਟੂਟੀਆਂ ਦੇਖ ਕੇ ਟੂਟੀਆਂ ਮਤਲਬ ਡਾਕਟਰਾਂ ਨੇ ਜੋ ਗਲ ਵਿੱਚ ਨਹੀਂ ਪਾਈਆਂ ਹੁੰਦੀਆਂ ਟੜਕਣ ਚੈੱਕ ਕਰਨ ਲਈ ਉਹ ਗਲ ਦੇ ਵਿੱਚ ਲਟਕਾ ਕੇ ਰੱਖਦੇ ਨੇ ਤਾਂ ਉਹ ਆਖਦੇ ਵੀ ਮੈਨੂੰ ਮੇਰੀ ਭੈਣ ਦੀ ਯਾਦ ਆ ਜਾਂਦੀ ਹੈ ਇਹ ਸੁਣ ਕੇ ਪਾਲੀ ਬਹੁਤ ਬੇਚੈਨ ਹੋ ਗਈ ਉਸ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਕੀ ਕਹੇ ਪਰ ਪਾਲੀ ਉਸ ਨੂੰ ਜਾਂਦੇ ਨੂੰ ਵੱਡੀਆਂ ਮੋਹ ਭਰੀਆਂ ਅੱਖਾਂ ਨਾਲ ਵੇਖ ਰਹੀ ਸੀ ਇਹ ਜੋ ਸਟੋਰੀ ਹੈ ਕਈ ਵਾਰ ਟੀਵੀ ਦੇ ਉੱਤੇ ਬੀ ਪਰਸਾਰਿਤ ਹੋ ਚੁੱਕੀ ਹੈ ਜਿਸ ਦੇ ਵਿੱਚ ਇਹ ਪੂਰਾ ਦ੍ਰਿਸ਼ ਦਿਖਾਇਆ ਗਿਆ ਹੈ ਉੱਥੇ ਇਹ ਵੀ ਦ੍ਰਿਸ਼ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਪਾਲੀ ਹੁੰਦੀ ਹੈ ਉਹ ਸ਼ਿਕਾਇਤ ਕਰ ਦਿੰਦੀ ਹੈ ਉਸ ਦੀ ਠੀਕ ਹੈ ਉਸ ਦੀ ਸ਼ਿਕਾਇਤ ਕਰ ਦਿੰਦੀ ਹੈ ਬਸ ਤੇ ਮਾਲਕ ਨੂੰ ਤਾਂ ਜਦੋਂ ਉਹ ਉਸ ਦੀ ਸ਼ਿਕਾਇਤ ਕਰ ਦਿੰਦੀ ਹੈ ਤਾਂ ਕੰਡਕਟਰ ਨੂੰ ਬੁਲਾਇਆ ਜਾਂਦਾ ਹੈ ਤਾਂ ਕੰਡਕਟਰ ਉੱਥੇ ਆ ਕੇ ਪੂਰੀ ਗੱਲ ਦੱਸਦਾ ਹੈ ਕਿ ਇਹ ਮੈਨੂੰ ਮੇਰੀ ਭੈਣ ਲੱਗਦੀ ਹੈ ਤਾਂ ਉਹ ਕੀ ਆਖਦੇ ਵੀ ਮੇਰੀ ਭੈਣ ਵੀ ਸੀ ਉਹਨੇ ਵੀ ਡਾਕਟਰੀ ਦਾ ਕੋਰਸ ਕੀਤਾ ਸੀ ਵੀ ਜਦ ਮੈਂ ਉਹਦੇ ਹੱਥ 'ਚ ਬੈਗ ਦੇਖਦਾ ਤੇ ਉਸਨੇ ਗੱਲ ਜਿਹੜੀਆਂ ਉਹ ਟੜਕਣ ਚੈੱਕ ਕਰਨ ਵਾਸਤੇ ਟੂਟੀਆਂ ਹੁੰਦੀਆਂ ਨੇ ਹਨਾ ਤਾਂ ਉਹੋ ਪਾਈਆਂ ਹੁੰਦੀਆਂ ਨੇ ਕਹਿੰਦਾ ਵੀ ਮੈਨੂੰ ਮੇਰੀ ਭੈਣ ਦੀ ਯਾਦ ਆ ਜਾਂਦੀ ਹੈ ਤੇ ਇਸ ਕਰਕੇ ਹੀ ਉਹੋ ਪਾਲਲੀ ਨੂੰ ਆਪਣੀ ਭੈਣ ਸਮਝਦਾ ਸੀ ਤੇ ਉਸ ਤੋਂ ਟਿਕਟ ਦੇ ਪੈਸੇ ਨਹੀਂ ਲੈਂਦਾ ਸੀ ਇਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਪਹਿਲਾ ਪ੍ਰਸ਼ਨ ਹੈ ਜੀ ਬੱਸ ਵਿੱਚ ਸਵਾਰ ਇੱਕ ਸਰਦਾਰ ਪਾਲਲੀ ਬਾਰੇ ਕੀ ਆਖਦਾ ਹੈ ਤਾਂ ਇਸ ਦਾ ਉੱਤਰ ਹੋਏਗਾ ਬਸ ਵਿੱਚ ਸਵਾਰ ਇੱਕ ਸਰਦਾਰ ਪਾਲੀ ਦੀ ਪ੍ਰਸ਼ੰਸਾ ਕਰਦਿਆਂ ਹੋਇਆ ਕਹਿੰਦਾ ਹੈ ਕਿ ਉਹ ਕਈ ਵਾਰ ਪਟਿਆਲੇ ਗਿਆ ਹੈ ਉਸ ਨੇ ਇਹ ਡਾਕਟਰਨੀ ਕੁੜੀ ਕਦੇ ਬੋਲਦੀ ਨਹੀਂ ਸੁਣੀ ਸੁਣੀ ਆਊਗਾ ਇੱਥੇ ਬੋਲਦੀ ਨਹੀਂ ਸੁਣੀ ਇਸ ਲਈ ਉਹ ਪਾਲੀ ਨੂੰ ਕਿਸੇ ਘਰਾਣੇ ਦੀ ਕਰਾਏ ਦੀ ਨਹੀਂ ਘਰਾਣੇ ਦੀ ਕੁੜੀ ਸਮਝਦਾ ਹੈ ਉਹ ਕਹਿੰਦਾ ਵੀ ਇਹ ਕਿਸੇ ਵਧੀਆ ਘਰਾਣੇ ਦੀ ਕੁੜੀ ਹੈ ਸਿਆਣੀ ਹੈ ਭੋਲੀ ਹੈ ਤੇ ਕਦੇ ਕਿਸੇ ਨਾਲ ਜ਼ਿਆਦਾ ਬੋਲਦੀ ਨਹੀਂ ਸੁਣੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 2 ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆਂ ਪਾਲੀ ਅਤੇ ਬੁੱਢੀ ਮਾਈ ਨਾਲ ਕਿਹੋ ਜਿਹਾ ਵਰਤਾਓ ਕੀਤਾ ਇਸ ਦਾ ਉੱਤਰ ਹੋਏਗਾ ਬੱਸ ਕੰਡਕਟਰ ਦਾ ਵਰਤਾਓ ਪਾਲੀ ਪ੍ਰਤੀ ਹਮਦਰਦੀ ਵਾਲਾ ਪਰ ਬੁੱਢੀ ਮਾਈ ਪ੍ਰਤੀ ਰੁੱਖਾ ਸੀ ਬੱਸ ਕਿਰਾਏ ਲਈ ਖੁੱਲੇ ਪੈਸੇ ਨਾ ਹੋਣ ਕਾਰਨ ਕੰਡਕਟਰ ਨੇ ਪਾਲੀ ਨੂੰ ਤਾਂ ਕਿਰਾਇਆ ਅਗਲੇ ਦਿਨ ਦੇਣ ਦੀ ਮੌਲਤ ਦੇ ਦਿੱਤੀ ਪਰ ਇੱਕ ਬੁੱਢੀ ਮਾਈ ਨਾਲ ਰੁੱਖਾ ਵਰਤਾਓ ਕੀਤਾ ਉਸਨੇ ਬੁੱਢੀ ਮਾਈ ਨੂੰ ਉਸ ਬੱਸ ਵਿੱਚੋਂ ਹੇਠਾਂ ਉਤਰ ਕੇ ਪੈਸੇ ਬਣਾ ਕੇ ਲਿਆਉਣ ਲਈ ਕਿਹਾ ਉਸਨੇ ਬੁੱਢੀ ਦੁਆਰਾ ਤਰਲੇ ਕਰਨੋਤੇ ਉਸ ਨੂੰ ਬੈਠਣ ਦਿੱਤਾ ਇਸ ਤਰੀਕੇ ਨਾਲ ਉਸਨੇ ਪਾਲੀ ਨਾਲ ਅਲੱਗ ਤਰ੍ਹਾਂ ਦਾ ਤੇ ਉਸ ਬੁੱਢੀ ਦੇ ਨਾਲ ਅਲੱਗ ਤਰ੍ਹਾਂ ਦਾ ਵਰਤਾਓ ਕੀਤਾ ਸੀ ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕੀ ਵਿਚਾਰ ਆਈ ਪਾਲੀ ਨੂੰ ਸ਼ੁਰੂ ਵਿੱਚ ਬੱਸ ਕੰਡਕਟਰ ਜੀਤ ਦਾ ਹਮਦਰਦੀ ਭਰਪੂਰ ਵਰਤਾਅ ਸੀ ਜਿਹੜਾ ਵਧੀਆ ਲੱਗਾ ਪਰ ਜਦੋਂ ਜੀਤ ਨੇ ਪਾਲੀ ਤੋਂ ਕਿਰਾਇਆ ਨਾ ਲਿਆ ਉਸ ਲਈ ਪਰਿਵਸ ਵਿੱਚ ਬੈਠਣ ਲਈ ਸੀਟ ਰੱਖੀ ਉਸ ਉਡੀਕ ਉਸ ਦੀ ਉਡੀਕ ਵਿੱਚ ਬੱਸ ਨੂੰ ਰੋਕੀ ਰੱਖਿਆ ਤਾਂ ਜੀਤ ਦਾ ਵਰਤਾਓ ਪਾਲੀ ਨੂੰ ਚੰਗਾ ਨਹੀਂ ਲੱਗਿਆ ਮਤਲਬ ਪਹਿਲਾਂ ਤਾਂ ਜਦੋਂ ਥੋੜੀ ਹਮਦਰਦੀ ਸੀ ਉਹਨੂੰ ਵਧੀਆ ਲੱਗਿਆ ਪਰ ਜਦੋਂ ਉਹ ਜ਼ਿਆਦਾ ਉਸ ਦੇ ਵਰਤੀ ਹਮਦਰਦੀ ਪੇਸ਼ ਕਰਦਾ ਤਾਂ ਇਸ ਤਰੀਕੇ ਨਾਲ ਉਸ ਨੂੰ ਬੁਰਾ ਲੱਭ ਲੱਗਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਉਹ ਬਿਨਾ ਟਿਕਟ ਲਈ ਸਫ਼ਰ ਨਹੀਂ ਕਰਨਾ ਚਾਹੁੰਦੀ ਸੀ ਉਸ ਨੂੰ ਡਰ ਸੀ ਕਿ ਬਾਕੀ ਸਵਾਰੀਆਂ ਕੀ ਸੋਚਦੀਆਂ ਹੋਣ ਕਿ ਜਦੋਂ ਪਾਲੀ ਨੂੰ ਪਤਾ ਲੱਗਾ ਕਿ ਜੀਤ ਉਸਦੀ ਟਿਕਟ ਦੇ ਪੈਸੇ ਆਪਣੀ ਜੇਬ ਵਿੱਚੋਂ ਭਰ ਰਿਹਾ ਹੈ ਤਾਂ ਪਾਲੀ ਨੂੰ ਹੈਰਾਨੀ ਹੋਈ ਕਿ 60 ਰੁਪਏ ਵਿੱਚ ਇੱਥੇ 60 ਆਣਾ ਸੀ ਕਿ 60 ਰੁਪਏ ਦੀ ਤਨਖਾਹ ਨਾਲ ਗੁਜ਼ਾਰਾ ਕਰਨ ਵਾਲਾ ਕੰਡਕਟਰ ਉਸਦੇ ਪੈਸੇ ਕਿਵੇਂ ਦਿੰਦਾ ਹੋਵੇਗਾ ਤਾਂ ਉਸ ਨੂੰ ਇਸ ਗੱਲ ਦੀ ਚਿੰਤਾ ਹੋਣ ਲੱਗੀ ਸੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ ਚਾਰ ਬਸ ਵਿੱਚ ਟਿਕਟ ਚੈੱਕਰ ਦੇ ਚੜ ਜਾਣ ਨਾਲ ਪਾਲੀ ਕਿਉਂ ਡਰ ਗਈ ਸੀ ਤਪਾਲੀ ਡਰ ਕਿਉਂ ਗਈ ਸੀ ਇੱਕ ਦਿਨ ਬਸ ਦੇ ਵਿੱਚ ਕੰਡਕਟਰ ਆ ਗਿਆ ਸੀ ਟਿਕਟ ਪਾਲੀ ਨੇ ਟਿਕਟ ਲਈ ਪੈਸੇ ਅੱਗੇ ਕੀਤੇ ਸਨ ਪਰ ਜੀਤ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਹੀਂ ਲਏ ਸਨ ਜਦੋਂ ਚੈੱਕਰ ਬਸ ਵਿੱਚ ਚੜ ਕੇ ਟਿਕਟਾਂ ਚੈੱਕ ਕਰਨ ਲੱਗਾ ਤਾਂ ਕੰਡਕਟਰ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਉਹ ਪਰੇਸ਼ਾਨ ਹੋ ਗਈ ਉਸ ਨੂੰ ਡਰ ਸੀ ਕਿ ਉਸ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਉਸ ਕੋਲ ਟਿਕਟ ਨਹੀਂ ਹੈ ਤਾਂ ਇਸ ਤਰੀਕੇ ਨਾਲ ਉਹ ਡਰ ਗਈ ਸੀ। ਪ੍ਰਸ਼ਨ ਨੰਬਰ 5 ਹਸਪਤਾਲ ਵਿੱਚ ਕਿਹੜੀ ਗੱਲ ਪਾਲੀ ਨੂੰ ਬੇਚੈਨ ਕਰ ਰਹੀ ਸੀ? ਹਸਪਤਾਲ ਵਿੱਚ ਪਾਲੀ ਨੂੰ ਇਸ ਗੱਲ ਦੀ ਬੇਚੈਨੀ ਸੀ ਕਿ ਬਸ ਕੰਡਕਟਰ ਜੀਤ ਕਿਸ ਤਰ੍ਹਾਂ 60 ਰੁਪਏ ਦੀ ਤਨਖਾਹ ਵਿੱਚੋਂ ਉਸਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ। ਉਹ ਸੋਚ ਰਹੀ ਸੀ ਕਿ ਹੋ ਸਕਦਾ ਹੈ ਕਿ ਉਸ ਨੂੰ ਇੱਕ ਕਿਸੇ ਦਿਨ ਰੋਟੀ ਤੋਂ ਬਿਨਾਂ ਵੀ ਰਹਿਣਾ ਪੈਂਦਾ ਹੋਵੇ। ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 6 ਛੇਵਾਂ ਪ੍ਰਸ਼ਨ ਹੈ ਜੀ ਬਸ ਕੰਡਕਟਰ ਨੇ ਪਾਲੀ ਨਾਲ ਆਪਣਾ ਕਿਹੜਾ ਰਾਜ਼ ਸਾਂਝਾ ਕੀਤਾ ਬਸ ਕੰਡਕਟਰ ਜੀਤ ਨੇ ਪਾਲੀ ਨਾਲ ਆਪਣੇ ਦਿਲ ਦਾ ਰਾਜ਼ ਸਾਂਝਾ ਕਰਦਿਆਂ ਦੱਸਿਆ ਕਿ ਉਸ ਦੀ ਭੈਣ ਵੀ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ ਹੱਲਿਆਂ ਬਿਲੇ ਉਸ ਉਹ ਸਾਰੇ ਸਮੇਤ ਟੱਬਰ ਸਮੇਤ ਮਾਰੀ ਗਈ ਉਹ ਰੁੱਲਦਾ ਖੁੱਲਦਾ ਇੱਧਰ ਆ ਗਿਆ ਪੜਾਈ ਨਾ ਹੋਣ ਕਰਕੇ ਉਹ ਕੰਡਕਟਰ ਬਣ ਗਿਆ ਉਸ ਨੂੰ ਪਾਲੀ ਦਾ ਬੈਗ ਤੇ ਟੂਟੀਆਂ ਵੇਖ ਕੇ ਆਪਣੀ ਭੈਣ ਆਮਰਜੀਤ ਯਾਦ ਆ ਜਾਂਦੀ ਹੈ ਇਸ ਕਰਕੇ ਉਹ ਉਸ ਨਾਲ ਇਨਾ ਮੋਹ ਰੱਖਦਾ ਹੈ ਤਾਂ ਇਸ ਤਰੀਕੇ ਨਾਲ ਉਸ ਨੇ ਇਹ ਰਾਜ ਪਾਲੀ ਦੇ ਨਾਲ ਸਾਂਝਾ ਕੀਤਾ ਸੀ ਇਸ ਤੋਂ ਬਾਅਦ ਹੈ ਜੀ ਪ੍ਰਸ਼ਨ ਨੰਬਰ 7 ਬੱਸ ਕੰਡਕਟਰ 1947 ਦੇ ਕੱਲੂ ਕਾਰੇ ਦਾ ਸ਼ਿਕਾਰੀ ਕਣੋਜ਼ਵਾਣ ਹੈ ਬੱਸ ਕੰਡਕਟਰ ਦਾ ਸੁਭਾਅ ਦੱਸਣਾ ਉਸਦੇ ਪਾਤਰ ਬਾਰੇ ਕੀ ਹੈ ਜਾਂ ਪਾਤਰ ਨੇਵਾ ਹੈ ਉਹਨੇ ਉਹਦਾ ਚਰਿੱਤਰ ਕੀ ਹੋ ਜਾਏ ਇਹ ਚੀਜ਼ ਬਾਰੇ ਦੱਸਣਾ ਹੈ ਉਸ ਦਾ ਸੁਭਾਅ ਕਿਹ ਹੈ ਜੇ ਉਸ ਦਾ ਇੱਥੇ ਉਸ ਦਾ ਲਿਖ ਲਿਓ ਉਸ ਦਾ ਪਰਿਵਾਰ ਪਾਕਿਸਤਾਨ ਵਿੱਚ ਹੱਲਿਆਂ ਵੇਲੇ ਹੱਲਿਆਂ ਬੇਲੇ ਇੱਥੇ ਬੇਲੇ ਮਾਰਿਆ ਗਿਆ ਸੀ ਇੱਥੇ ਬੇਲੇ ਸ਼ਬਦ ਆਊਗਾ ਹੱਲਿਆਂ ਬੇਲੇ ਮਾਰਿਆ ਗਿਆ ਸੀ ਉਹ ਇੱਕ ਗਰੀਬ ਅਤੇ ਇਮਾਨਦਾਰ ਆਦਮੀ ਹੈ ਉਸ ਦੇ ਦਿਲ ਵਿੱਚ ਆਪਣੀ ਮਰ ਚੁੱਕੀ ਭੈਣ ਲਈ ਬਹੁਤ ਪਿਆਰ ਹੈ ਉਸ ਦੀ ਭੈਣ ਡਾਕਟਰੀ ਦੀ ਪੜ੍ਹਾਈ ਕਰਦੀ ਸੀ ਇਸ ਲਈ ਉਹ ਪਾਲੀ ਵਿੱਚੋਂ ਆਪਣੀ ਮਰ ਚੁੱਕੀ ਭੈਣ ਦਾ ਚਿਹਰਾ ਵੇਖਦਾ ਹੈ ਤੇ ਉਸ ਨਾਲ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਉਂਦਾ ਹੈ ਤਾਂ ਇਸ ਤਰੀਕੇ ਨਾਲ ਕੰਡਕਟਰ ਦਾ ਸੁਭਾਅ ਸੀ ਤਾਂ ਇਹ ਕਹਾਣੀ ਪੜ ਲਈ ਅਸੀਂ ਨੇ ਬਸ ਕੰਡਕਟਰ ਸਾਰ ਵੀ ਕਰ ਲਿਆ ਅਤੇ ਇਸ ਦੇ ਨਾਲ ਸੰਬੰਧਤ ਜੋ ਵੀ ਪ੍ਰਸ਼ਨ ਉੱਤਰ ਵੰਡੇ ਸੀ ਬਸ ਕੰਡਕਟਰ ਕਹਾਣੀ ਦੇ ਨਾਲ ਸੰਬੰਧਿਤ ਇਹ ਅਸੀਂ ਨੇ ਪੂਰੇ ਕਰ ਲਏ ਨੇ ਬਾਕੀ ਜੋ ਸਟੋਰੀ ਤੁਸੀਂ ਹੋਰ ਕਰਨੀ ਹੈ ਬਾਕੀ ਸਭ ਤੋਂ ਪਸੰਦ ਕਹਾਣੀ ਉਹ ਵੀ ਸਾਡੇ ਚੈਨਲ ਦੇ ਉੱਤੇ ਅਵੇਲੇਬਲ ਨੇ ਅੱਜ ਹੀ ਤੁਸੀਂ ਚੈਨਲ ਮੇਰੀ ਕਲਾਸ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਵਾਕਈ ਵੀਡੀਓਜ਼ ਵੀ ਤੁਹਾਨੂੰ ਇੱਥੇ ਇਸੇ ਤਰ੍ਹਾਂ ਮਿਲਦੀਆਂ ਰਹਿਣ ਧੰਨਵਾਦ